अस्सलाम वालेकुम मेरे प्यारे दोस्तों, असीं अपने मालूमाती चैनल दे नाल तुहाडे को हाज़र होए हाँ। अज असीं तुहानूं दस्सांगे कि पाकिस्तान दे विच जिहड़े लोग टनल फार्मिंग या शैड वाली फार्मिंग करदे ने उहदा तरीकाकार की है। इह अज पिछे मेरे बैकग्राउंड ते तुसीं वेख सकदे हो, कुछ लोग जिहड़े ना शैड दी फसल दी तैयारी करदे ने, पे छापर पा रहे ने खिला बना के, ते कुछ इह एकड़ जिहड़ा उहनां ने तैयार कर लिया, इहदे विच उहनां ने खाद ते बीज ਅਤੇ ਦਵਾਈ ਰਲਾ ਕੇ ਮਿਕਸ ਕਰਕੇ ਉਹਨੂੰ ਬੀਜ ਦਿੱਤਾ, ਉੱਤੇ ਛਾਪਰ ਵੀ ਪਾ ਦਿੱਤਾ, ਅਤੇ ਕੁਛ ਪਿੱਛੇ ਜਿਹੜੇ ਉਹਨਾਂ ਨੂੰ 2 ਸਾਲੀ ਲੱਗੇ ਨੇ। ਮੇਰੇ ਪਿਆਰੇ ਦੋਸਤੋ, ਜਿਵੇਂ ਮੁੰਜੀ ਦੀ ਫਸਲ ਹੈ, ਗੰਦਮ ਦੀ ਫਸਲ ਹੈ, ਕਮਾਦ ਦੀ ਫਸਲ ਹੈ, ਕਪਾਹ ਦੀ ਫਸਲ ਹੈ, ਬੜੀ ਸਾਡੇ ਮੁਲਕ ਦੇ ਵਿੱਚ ਕਾਸ਼ਤ ਹੁੰਦੀ ਹੈ। ਇਸੇ ਤਰੀਕੇ ਨਾਲ ਇਹ ਵੀ ਜਿਹੜੀ ਫਸਲ ਹੈ ਨਾ, ਸਾਡੇ ਮੁਲਕ 'ਚ ਬਹੁਤ ਜ਼ਿਆਦਾ ਕਾਸ਼ਤ ਹੁੰਦੀ ਹੈ। ਇਹ ਬਹੁਤ ਮਹਿੰਗੀ ਫਸਲ, ਕਾਸ਼ਤ ਬਹੁਤ ਪੈਸੇ ਲੱਗਦੇ ਨੇ ਇਹਦੇ ਉੱਤੇ, ਅਤੇ ਜਿਸ ਤਰ੍ਹਾਂ ਪੈਸੇ ਲੱਗਦੇ ਨੇ ਉਸ ਹਿਸਾਬ ਨਾਲ ਇਹਦਾ ਰੇਟ ਵੀ ਲੱਗਦਾ, ਅਤੇ ਮਾਰਕੀਟ 'ਚ ਬੜੇ ਟਾਈਮ ਨਾਲ ਤਿਆਰ ਹੋ ਕੇ ਆ ਜਾਂਦੀ ਹੈ। ਇਹ ਦੋਸਤ ਖਰਬੂਜ਼ਾ ਲਾ ਰਹੇ ਨੇ, ਜਿਹੜਾ ਕਿ ਇਹਨਾਂ ਦਾ ਫਾਰਮ ਹੈ 10 ਏਕੜ ਦਾ, 10 ਏਕੜ ਦੇ ਉੱਤੇ ਹਾਈਬ੍ਰਿਡ ਜਿਹੜਾ ਨਾ ਉਹਨਾਂ ਨੇ ਖਰਬੂਜ਼ਾ ਲਾਇਆ, ਅਤੇ ਇਹ ਉਹਦਾ ਉਹਨਾਂ ਖਿਲਾ ਪਾ ਕੇ ਕੁਛ 1 ਏਕੜ ਹਾਲੀ ਫਿਲਹਾਲ ਤਿਆਰ ਕੀਤਾ, ਅਤੇ ਦੂਸਰੇ ਏਕੜ ਜਿਹੜੇ ਉਹਨਾਂ ਦੀ ਤਿਆਰੀ ਕਰਦੇ ਨੇ ਪਏ। ਅੱਜ ਅਸੀਂ ਇਹਨਾਂ ਦੋਸਤਾਂ ਕੋਲ ਪੁੱਛਾਂਗੇ ਕਿ ਤੁਸੀਂ ਇਹਦੇ ਵਿੱਚ ਕੀ ਕੁਛ ਪਾਇਆ, ਅਤੇ ਇਹਦਾ ਕੀ ਬਿਹਤਰ ਹੱਲ ਹੈ ਕਿ ਕੀੜੇ ਕੋ ਵੀ ਬਚ ਜਾਏ, ਫਸਲ ਬਾਹਰ ਵੀ ਨਿਕਲੇ, ਵੀ ਉੱਗੇ, ਅਗਾਊ ਸਹੀ ਹੋਏ, ਅਤੇ ਜਿਹੜਾ ਜਿੰਨਾ ਵੀ ਤਰੀਕਾਕਾਰ ਹੈ ਉਹਦੇ ਬਾਰੇ 'ਚ ਤੁਹਾਨੂੰ ਸਾਰੀ ਅਸੀਂ ਮਾਲੂਮਾਤ ਦੇਵਾਂਗੇ। ਇਹ ਗੁਲਾਬਦੀਨ ਸਾਹਿਬ ਨੇ ਸਾਡੇ ਦੋਸਤ, ਇਹਨਾਂ ਦੇ ਕੋਲ ਅਸੀਂ ਜਾ ਰਹੇ ਹਾਂ, ਅਤੇ ਇਹਨਾਂ ਨੂੰ ਅੱਜ ਅਸੀਂ ਪੁੱਛਾਂਗੇ ਕਿ ਇਹ ਕੀ ਤੁਸਾਂ ਕਿਹੜਾ ਫਾਰਮੂਲਾ ਇਸਤੇਮਾਲ ਕੀਤਾ। ਹਰ ਸਾਲ ਫਸਲ ਉਗਾਉਂਦੇ ਨੇ, ਅਤੇ ਐਤਕਾਂ ਵੀ 10 ਏਕੜ ਦਾ ਇਹਨਾਂ ਦਾ ਪ੍ਰੋਗਰਾਮ, ਇਹਨਾਂ ਕੋਲ ਅਸੀਂ ਮਾਲੂਮਾਤ ਲੈਂਦੇ ਹਾਂ। ਇਹ ਪਿੱਛੇ ਮੇਰੇ ਬੈਕਗਰਾਉਂਡ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਸਤ ਕੰਮ ਕਰਦੇ ਨੇ, ਪੇ ਖਿਲਾਂ ਦੇ ਉੱਤੇ ਛਾਪਰ ਪਾ ਰਹੇ ਨੇ, ਨਾਲ ਹੀ ਬੀਜ ਵੀ ਦੇ ਰਹੇ ਨੇ। ਅਤੇ ਆਓ ਹੁਣ ਅਸੀਂ ਜਿਹੜਾ ਨਾ ਉਹ ਜ਼ਿਮੀਂਦਾਰ ਭਾਈ ਜਿਹੜੇ ਨੇ ਉਹਨਾਂ ਕੋਲ ਪੁੱਛਦੇ ਹਾਂ ਕਿ ਤੁਸੀਂ ਇਹ ਕਿਹੜੀ ਕਿਹੜੀ ਚੀਜ਼ ਦੇ ਥੱਲੇ ਪਾਈ ਹੈ, ਅਤੇ ਕਿਹੜੀ ਕਿਹੜੀ ਖਾਦ ਪਾਈ ਹੈ। ਆਓ ਹੁਣ ਚੱਲਦੇ ਹਾਂ। ਅਸਲਾਮ ਵਾਲੇਕੁਮ ਭਾਈ ਗੁਲਾਬਦੀਨ ਸਾਹਿਬ, ਕੀ ਹਾਲ ਜੀ? ਵਾਲੇਕੁਮ ਸਲਾਮ ਜੀ, ਠੀਕ ਠਾਕ ਖੈਰੀਅਤ ਜੀ? ਤੁਸੀਂ ਠੀਕ ਠਾਕ ਹੋ ਗੁਲਾਬਦੀਨ ਸਾਹਿਬ? ਇਹ ਕਿੰਨੇ ਕਿੱਲੇ ਤੁਸੀਂ ਟਨਲ ਲਾਉਣਾ? ਇਹ ਜੀ 15 ਕਿੱਲੇ ਟਨਲ ਲਾਉਣਾ। 15 ਕਿੱਲੇ ਲਾਉਣਾ ਜੀ? ਅੱਛਾ, ਅਤੇ ਇਹਦੀ ਤਿਆਰੀ ਦੇ ਵਿੱਚ ਤੁਸੀਂ ਕੀ ਕੁਛ ਕਰ ਰਹੇ ਹੋ? ਤਿਆਰੀ ਜਨਾਬ, ਇਹਦੇ ਵਿੱਚ ਅਸੀਂ ਪਾਈ 1 ਬੋਰੀ DAP, ਅੱਛਾ 15 12.5 ਕਿਲੋ ਪੋਟਾਸ਼, ਸਹੀ ਹੈ, ਅਤੇ 1 ਦਾਣੇਦਾਰ ਜ਼ਹਿਰ ਦਾ ਪੈਕਟ, ਅਤੇ ਨਾਲ ਹੁਣ ਕਲੋਰੋਪਾਈਰ ਫਾਸ ਜਿਹੜੀ ਉਹ ਫਲੱਡ ਕਰਾਂਗੇ 2-2 ਲੀਟਰ। ਦਾਣੇਦਾਰ ਕਾਟੇ ਪਾਉਂਦੇ ਹੋ, ਮੋਨੋ ਪਾਉਂਦੇ ਹੋ, ਕੀ ਪਾਉਂਦੇ? ਅਸੀਂ ਥਿਮਰ ਪਾਉਂਦੇ ਹਾਂ। ਥਿਮਰ ਪਾਉਂਦੇ ਹੋ? ਉਹ ਕਾਹਦੇ ਵਾਸਤੇ ਪਾਉਂਦੇ ਹੋ ਥਿਮਰ? ਜਿਹੜਾ ਆਪਣਾ ਨਾ ਬੋਸ਼ ਹੋ ਨਾ, ਚੂਹੇ ਨਸ ਜਾਂਦੇ ਨੇ, ਚੂਹੇ ਨਸ ਜਾਂਦੇ। ਅਤੇ ਇਹ ਕਿੰਨੀ ਦੇਰ ਤੋਂ ਤੁਸੀਂ ਲਗਾ ਰਹੇ ਹੋ? ਇਹ ਹੋਈ ਗਈ 18-20 ਸਾਲ। 18-20 ਸਾਲ ਤੋਂ ਲਾ ਰਹੇ ਹੋ, ਅਤੇ ਇਹੀ ਫਾਰਮੂਲਾ ਹਰ ਸਾਲ ਇਸਤੇਮਾਲ ਕਰਦੇ ਹੋ? ਹਾਂਜੀ। ਅਤੇ ਕੀ ਮਹਿਸੂਸ ਕਰਦੇ ਹੋ ਕਿ ਪਿਛਲੇ ਸਾਲ ਤੁਹਾਡਾ ਕੀ ਝਾੜ ਰਿਹਾ ਸੀ? ਮਾਸ਼ਾਅੱਲਾ ਬੜਾ ਝਾੜ ਸੀ, ਅਸੀਂ ਕੋਈ 800 ਤੋੜੀ ਦੇ ਲਾਗੇ ਚਾਗੇ ਅਸੀਂ ਮਾਲ ਤੋੜਿਆ ਸੀ। 800 ਤੋੜੀ? ਅਤੇ ਇਹਦਾ ਮਤਲਬ ਕਿ ਖਰਚਾ ਕਿੰਨਾ ਆਇਆ, ਅਤੇ ਆਮਦਨੀ ਕਿੰਨੀ? 1.5 ਲੱਖ ਰੁਪਈਆ ਆਇਆ ਖਰਚਾ ਆਇਆ ਸੀ। ਫਲ ਤਾਂ ਕਰਾਉਂਦੇ ਹੁੰਦੇ ਆ, ਅਤੇ ਉਸ ਤੋਂ ਬਾਅਦ ਆਮਦਨ ਦਾ ਵੀ ਥੋੜ੍ਹਾ ਸਾਡੇ ਦੋਸਤਾਂ ਨੂੰ ਦੱਸ ਦਿਓ। ਦੋਸਤਾਂ ਨੂੰ ਦੱਸਣਾ ਕਿ ਇਹ ਆਮਦਨ ਵਾਲਾ ਜ਼ਰੀਆ, ਇਹਦੇ ਵਿੱਚ ਸਾਨੂੰ ਆਪਣਾ ਤਕਰੀਬਨ ਕੋਈ 2.5-3 ਲੱਖ ਰੁਪਈਆ ਬਚਤ ਕਿੱਲੇ ਦੀ ਆਈ ਸੀ, ਖਰਚਾ ਕੱਢ ਕੇ। ਖਰਚਾ ਕੱਢ ਕੇ 3 ਲੱਖ ਰੁਪਈਆ। ਅਤੇ ਤੁਸੀਂ ਸਾਡੇ ਫਾਰਮਰਾਂ ਨੂੰ, ਜਿਹੜੇ ਦੋਸਤ ਇਸ ਪਾਸੇ ਨਹੀਂ ਆ ਰਹੇ, ਟਨਲ ਵਾਲੀ ਸਾਈਡ 'ਤੇ ਓਪਨ ਲਾਉਂਦੇ ਨੇ, ਉਹ ਖੁੱਲ੍ਹੇ ਖਰਬੂਜ਼ਾ ਲਾਉਂਦੇ ਨੇ, ਉਹ ਛਾਪਰ ਨਹੀਂ ਲਾਉਂਦੇ, ਇਹਦੀ ਉਹਨਾਂ ਦੇ ਬਾਰੇ 'ਚ ਉਹਨਾਂ ਨੂੰ ਕੋਈ ਪੈਗਾਮ ਤੁਸੀਂ ਕੀ ਦੇਵੋਗੇ? ਉਹ ਵੀ ਫਾਰਮ ਲਾਉਣ ਜੀ, ਉਹ ਵੀ ਲਾਉਣਾ, ਇਹ ਆਮਦਨੀ ਵਾਲਾ ਜ਼ਰੀਆ। ਆਮਦਨੀ ਵਾਲਾ ਜ਼ਰੀਆ, ਖਰਚਾ ਪਹਿਲਾਂ ਹੁੰਦਾ, ਬਾਅਦ 'ਚ ਆਮਦਨ ਵੀ ਹੁੰਦੀ ਹੈ। ਅੱਛਾ, ਸਾਨੂੰ ਥੋੜ੍ਹਾ ਜਿਹਾ ਜ਼ਮੀਨ ਦੀ ਤਿਆਰੀ ਦੇ ਮੁਤਲਕ ਦੱਸ ਦਿਓ ਕਿ ਇਹ ਹੁਣ ਤੁਸੀਂ ਛਾਪਰ ਜਿਵੇਂ ਇਹ ਦੋਸਤ ਪਾ ਰਹੇ ਨੇ ਜ਼ਮੀਨ ਜਿਹੜੀ ਹੈ ਨਾ ਤਿਆਰ ਕਰਨ ਵਾਸਤੇ ਨਾ? ਜੀ ਜੀ। 4 ਕੰਘੀ ਹੱਲਾਂ ਦੀ, ਜੀ ਜੀ ਸੀਆਂ, ਜੀ ਜੀ, 2 ਰੂਟਾਵੀਟਰ ਦੀ, ਠੀਕ ਹੋ ਗਿਆ, 2 ਡਿਸਕਾਂ ਦੀ, ਠੀਕ ਹੋ ਗਿਆ, ਅਤੇ ਪਹਿਲੀ ਲੇਜ਼ਰ ਹੋਣੀ ਚਾਹੀਦੀ ਹੈ, ਲੇਜ਼ਰ ਹੋਣੀ ਚਾਹੀਦੀ ਹੈ, ਠੀਕ ਹੋ ਗਿਆ, ਅੱਲਾਹ ਦੇ ਫਜ਼ਲ ਨਾਲ ਕੰਮ ਠੀਕ ਹੁੰਦਾ। ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਖਿਲਾਂ ਪਾਉਂਦੇ ਹੋ? ਹਾਂ, ਬਾਅਦ 'ਚ ਖਿਲਾਂ ਪਾ ਲੈਂਦੇ। ਖਿਲਾਂ ਪਾਉਣ ਤੋਂ ਬਾਅਦ ਆ ਜਿਹੜਾ ਦੂਸਰਾ ਛਾਪਰ ਪਾਉਂਦੇ ਹਾਂ, ਕਾਲਾ ਛਾਪਰ, ਪਹਿਲਾਂ ਛਾਪਰ ਪਾਉਂਦੇ ਜੇ? ਹਾਂ, ਕਾਲਾ ਛਾਪਰ ਪਾ ਕੇ ਸਰਾਖ ਮਾਰ ਕੇ ਬੀਜ ਲੈਂਦੇ ਹਾਂ। ਸਰਾਖ ਮਾਰ ਕੇ ਬੀਜ ਲਾਉਂਦੇ, ਜਿਵੇਂ ਕਿ ਇਹ ਭਾਈ ਵਾਰੀ ਛਾਪਰ ਪਾ ਰਹੇ ਨੇ, ਇਹ ਛਾਪਰ ਪੈਣ ਡਿਆ। ਹਾਂਜੀ। ਅਤੇ ਇਸ ਤੋਂ ਬਾਅਦ ਸਰਾਖ ਕਰੋਗੇ ਤੁਸੀਂ? ਮਾਰ ਕੇ ਫਿਰ ਬੀਜ ਲਾ ਦੇਣਾ। ਬੀਜ ਲਾ ਦੇਣਾ? ਅਤੇ ਅਗਲਾ ਪ੍ਰੋਸੈਸ ਇਹਦਾ ਕੀ ਹੈ? ਬੀਜ ਲਾਉਣ ਤੋਂ ਬਾਅਦ ਪਾਣੀ ਲਾ ਦੇਣਾ। ਪਾਣੀ ਲਾ ਦੇਣਾ, ਅਤੇ ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਛਾਪਰ, ਉਹ ਜਿਹੜਾ ਉਹ ਨਾਲ ਹੀ ਪਾ ਕੇ ਛਾਪਰ ਉੱਤੇ, ਤਾਂ ਫੇਰ ਹੀ
ਦੀ ਪਾਣੀ ਲਾ ਪਹਿਲਾਂ ਤੁਸੀਂ ਪਾਣੀ ਲਾਣਾ ਪਹਿਲਾਂ ਛਾਪਰ ਲਾਣਾ ਪਹਿਲਾਂ ਸਵੇਰ ਛਾਪਰ ਉੱਤੇ ਲਾਣਾ ਠੀਕ ਹੋ ਅਸੀਂ ਬਾਅਦ ਵਿੱਚ ਆਪਣਾ ਪਾਣੀ ਲਾਣਾ ਤੇ ਉਹ ਸੋਟੀਆਂ ਦੀ ਜਿਹੜੀ ਕਾਸਟ ਹੈ ਮਤਲਬ ਖਰਚਾ ਕਿੰਨਾ ਕੋਈ ਸੋਟੀਆਂ ਦਾ ਤੇ ਛਾਪਰ ਦਾ ਜੇ ਸੋਟੀਆਂ ਲਾਈਏ ਤੇ ਫੇਰ ਕਿੱਲੇ ਦਾ ਇਹ ਕੋਈ 10-12 ਹਜ਼ਾਰ ਰੁਪਈਆ ਤੇ ਜੇ ਸਰੀਆ ਲਾਈਏ ਤੇ ਫੇਰ ਤਕਰੀਬਨ 35 ਹਜ਼ਾਰ ਰੁਪਈਆ ਇਹਦਾ ਮਤਲਬ ਕਿ ਸੋਟੀਆਂ ਕਾਮਯਾਬ ਨਹੀਂ ਜਾਂ ਸਰੀਆ ਕਾਮਯਾਬ ਕਾਮਯਾਬ ਉਹ ਬਹੁਤ ਹੀ ਦੇਰ ਕੱਢ ਜਾਂਦਾ ਸੋਟੀਆਂ ਟੁੱਟ ਜਾਂਦੀਆਂ ਟੁੱਟ ਜਾਂਦੀਆਂ ਹਰ ਸਾਲ ਨਵੀਆਂ ਲਿਆਉਣੀਆਂ ਪੈਂਦੀਆਂ ਨੇ ਇਹ ਬਾਂਸ ਦੀਆਂ ਸੋਟੀਆਂ ਹੁੰਦੀਆਂ ਨੇ ਬਾਂਸ ਦੀਆਂ ਸੋਟੀਆਂ ਤੇ ਛਾਪਰ ਦਾ ਕਿੰਨਾ ਕੁ ਖਰਚਾ ਜੇ ਛਾਪਰ ਜਿਹੜਾ ਨਾ ਉਹ ਥੱਲੇ ਪੈਂਦਾ 20 ਕਿਲੋ ਕਾਲਾ ਛਾਪਰ ਤੇ 50 ਕਿਲੋ ਪੈਂਦਾ ਉੱਤੇ 50 ਕਿਲੋ ਚਿੱਟਾ ਠੀਕ ਹੋ ਗਿਆ ਤੇ 500 ਰੁਪਏ ਕਿਲੋ ਵੀ ਇਹ ਵੇ ਛਾਪਰ ਇਹ ਜਿਹੜਾ ਤੁਸੀਂ 1,65,000 ਰੁਪਏ ਅੱਗੇ ਖਰਚਾ ਦੱਸਿਆ ਕਿੱਲੇ ਦਾ ਹਾਂਜੀ ਤਿਆਰੀ ਤੱਕ ਉਹ ਉਹਦੇ ਵਿੱਚ ਛਾਪਰ ਸੋਟੀਆਂ ਸਾਰਾ ਕੁਝ ਵਿੱਚ ਸੀ ਸਭ ਕੁਝ ਠੀਕ ਹੋ ਗਿਆ ਤੇ ਫਿਰ ਤੁਹਾਨੂੰ 1.5-2 ਲੱਖ ਰੁਪਈਆ ਜਿਹੜੀ ਨਾ 2.5 ਲੱਖ ਰੁਪਈਆ ਕਿੱਲੇ ਦੀ ਬਚਤ ਆ ਜਾਂਦੀ ਬਚਤ ਆ ਜਾਂਦੀ ਹੈ ਇਹ ਤੇ ਭਾਈ ਗਲਾ ਬਹੁਤ ਬੜੀ ਮਤਲਬ ਅਮਾਉਂਟ ਬਣ ਜਾਂਦੀ ਹੈ ਮਿਹਨਤ ਵੀ ਹੈ ਲੇਕਿਨ ਮਿਹਨਤ ਵੀ ਹੈ ਮਿਹਨਤ ਕਰਨੀ ਵੀ ਪੈਂਦੀ ਹੈ 5-6 ਮਹੀਨੇ ਦਾ ਫਸਲ ਹੈ ਠੀਕ ਹੋ ਗਿਆ ਇੱਕ ਦੂਸਰਾ ਜਿਹੜਾ ਛਾਪਰ ਕੱਲ ਤੁਸੀਂ ਲਾਓਗੇ ਨਾਲੇ ਪਾਣੀ ਲਾਓਗੇ ਤੇ ਨਾਲੇ ਛਾਪਰ ਲਾਓਗੇ ਇਸ ਕਿੱਲੇ ਦੇ ਵਿੱਚ ਬੀਜ ਲੱਗ ਗਏ ਨੇ ਠੀਕ ਹੋ ਗਿਆ ਵੀ ਸਵੇਰੇ ਬੀਜ ਲਾਵਾਂਗੇ ਨਾਲ ਨਾਲ ਬੀਜ ਲੱਗਣਗੇ ਨਾਲੇ ਆਪਣਾ ਪਾਣੀ ਪਿਆ ਲੱਗੇਗਾ ਤੇ ਛਾਪਰ ਕਾਲਾ ਪਾਓਗੇ ਬੜੀ ਮਿਹਰਬਾਨੀ ਭਾਈ ਗੁਲਾਬ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਤੁਸੀਂ ਸਾਨੂੰ ਬਹੁਤ ਮੁਫੀਦ ਮਾਲੂਮਾਤ ਦਿੱਤੀਆਂ ਨੇ ਦੋਸਤੋ ਜੈਸਾ ਕਿ ਤੁਹਾਨੂੰ ਭਾਈ ਗੁਲਾਬਦੀਨ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਸਾਰਾ ਕੁਛ ਇਹਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸਿਆ ਕਿ ਕਿਵੇਂ ਕਿੱਥੋਂ ਛਾਪਰ ਮਿਲਦਾ ਕਿਵੇਂ ਮਿਲਦਾ ਕਿਵੇਂ ਪਾਉਣਾ ਪੈਲੀ ਕਿਵੇਂ ਬਣਾਉਣੀ ਹੈ ਇਹ ਸਾਰਾ ਕੁਛ ਜਿਹੜਾ ਨਾ ਤਰੀਕਾਕਾਰ ਜਿਹੜਾ ਨਾ ਉਹਨਾਂ ਨੇ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਅਤੇ ਮੈਂ ਉਮੀਦ ਕਰਨਾ ਕਿ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰੋਗੇ ਅਤੇ ਲਾਈਕ ਕਰੋਗੇ ਅਤੇ ਟਨਲ ਫਾਰਮਿੰਗ ਵੱਲ ਵੀ ਤੁਸੀਂ ਜ਼ਰੂਰ ਤਵੱਜੋ ਦਿਓਗੇ ਇਹਦੇ ਨਾਲ ਹੀ ਤੁਹਾਡਾ ਮੇਜ਼ਬਾਨ ਤਬੱਸਮ ਰਿਆਜ਼ ਤੁਹਾਡੇ ਕੋਲ ਜ਼ਿਆਦਾ ਚਾਹੁੰਦਾ ਅੱਲਾ ਹਾਫਿਜ਼